ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ, ਉੱਥੇ ਹੀ ਸਰਕਾਰ ਇਸ ਬਿਮਾਰੀ ਨੂੰ ਖਤਮ ਕਰਨ ਲਈ ਯਤਨ ਕਰ ਰਹੀ ਹੈ। ਪਰ ਦੂਜੇ ਪਾਸੇ ਗੁਰਦਾਸਪੁਰ ਵਿੱਚ ਬੱਕਰੀ ਦਾ ਦੁੱਧ ਲੈਣ ਲਈ ਲੋਕ ਦੂਰ ਦੂਰ ਤੋਂ ਆ ਰਹੇ ਨੇ। ਬੱਕਰੀਆਂ ਦੇ ਮਾਲਕ ਮਨਮਰਜ਼ੀ ਨਾਲ ਦੁੱਧ ਦੇ ਹੱਦ ਤੋਂ ਜ਼ਿਆਦਾ ਵੱਧ ਪੈਸੇ ਮੰਗ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਬੱਕਰੀ ਦਾ ਦੁੱਧ ਪੀਣ ਨਾਲ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ, ਜਿਸ ਕਰਕੇ ਗੁਰਦਾਸਪੁਰ ਵਿੱਚ ਬੱਕਰੀ ਦਾ ਦੁੱਧ ਲੈਣ ਲਈ ਲੋਕ ਦੂਰ ਦੂਰ ਤੋਂ ਪਹੁੰਚ ਰਹੇ ਨੇ। ਬੱਕਰੀ ਦਾ ਦੁੱਧ ਵੇਚਣ ਵਾਲੇ ਹੁਣ ਆਪਣੀ ਮਨਮਰਜ਼ੀ ਕਰ ਰਹੇ ਨੇ। ਪਹਿਲਾਂ ਦੁੱਧ 40 ਰੁਪਏ ਲੀਟਰ ਦੇ ਹਿਸਾਬ ਨਾਲ ਵੇਚ ਰਹੇ ਸਨ, ਪਰ ਹੁਣ ਉਹੀ ਬੱਕਰੀਆਂ ਵਾਲੇ ਦੁੱਧ 500 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚ ਰਹੇ ਨੇ, ਪਰ ਬੱਕਰੀ ਦਾ ਦੁੱਧ ਫਿਰ ਵੀ ਨਹੀਂ ਮਿਲ ਰਿਹਾ। ਦੁੱਧ ਦੀ ਕੀਮਤ ਹੋ ਗਈ ਇੱਥੇ 500 ਰੁਪਏ ਲੀਟਰ ਦੁੱਧ ਦੱਸ ਰਿਹਾ, ਤੇ ਮੈਨੂੰ ਇੰਨੀ ਕੁ ਲੋੜ ਪੈ ਗਈ। ਮੈਂ ਉਹਨਾਂ ਨੇ ਕਿਹਾ ਵੀ ਮੈਨੂੰ ਕਿਤੇ 500 ਰੁਪਏ ਲੀਟਰ ਦੇ ਦੁੱਧ ਮਿਲ ਜੇ, ਪਰ ਉਹਨਾਂ ਨੇ ਕਿਹਾ ਵੀ ਹਜੇ ਤਾਂ ਸਾਡੇ ਕੋਲ ਕਿਸੇ ਕੋਲ ਦੁੱਧ ਨਹੀਂ ਹੈਗਾ, ਕਿਤੇ ਦੁੱਧ ਨਹੀਂ ਮਿਲਿਆ। ਤੇ ਇਸ ਜਦੋਂ ਸਾਨੂੰ ਪਤਾ ਲੱਗਾ ਵੀ ਡੇਂਗੂ ਦੀ ਬਿਮਾਰੀ ਜਿਹੜੀ ਬੱਕਰੀ ਦੇ ਦੁੱਧ ਨਾਲ ਵੀ ਉਹਦੇ ਜਿਹੜੇ ਸੈੱਲ ਆ ਵੀ ਉਹਦੇ ਨਾਲ ਵਾਪਸ ਆ ਜਾਂਦੇ ਆ, ਤੇ ਮੇਰੇ ਚਾਚਾ ਜੀ ਦੇ ਲੜਕੇ ਦੀ ਵੀ ਡੇਂਗੂ ਦੀ ਬਿਮਾਰੀ ਠੀਕ ਕੀਤੀ ਜਾਏ, ਇਸ ਕਰਕੇ ਮੈਂ ਅੱਜ ਪਿੰਡ ਵਾਂਖਾ ਵਿੱਚ ਦੁੱਧ ਦੀ ਭਾਲ ਕਰ ਰਿਹਾ। ਮੈਨੂੰ ਕਿਤੇ ਵੀ ਬੱਕਰੀ ਦਾ ਦੁੱਧ ਨਹੀਂ ਮਿਲਿਆ। ਬੱਕਰੀਆਂ ਦਾ ਕੰਮ ਕਰਨਾ ਜੀ, ਅਤੇ ਜਦੋਂ ਦਾ ਡੇਂਗੂ ਦਾ ਬੁਖਾਰ ਬਹੁਤ ਫੈਲ ਰਿਹਾ, ਉਹ ਦਾ ਮਤਲਬ ਵੀ ਅਸੀਂ ਲੋਕ ਦੂਰ ਦੂਰੋਂ ਆਉਂਦੇ ਆ, ਉਹਨੂੰ ਦੁੱਧ ਦੇਈਦਾ ਅਤੇ ਸਾਡੇ ਕੋਲ ਪੂਰਾ ਨਹੀਂ ਹੁੰਦਾ, ਆ ਵੀ ਡੇਂਗੂ ਦੇ ਬੁਖਾਰ ਨਾਲ ਫਰਕ ਪੈ ਜਾਂਦਾ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਪਹਿਰੇਦਾਰ TV।